ਅੱਛਾ ਪਾਕਿਸਤਾਨ ਵਾਲੇ ਹੋ, ਰਾਜੀ ਖੁਸ਼ੀ ਹੋ ਮੇਰੀ ਮੇਰੀ ਇਹ ਬੇਨਤੀ ਹੱਥ ਬੰਨ ਕੇ, ਜ਼ਿਲ੍ਹਾ ਹਿਸਾਰ ਦੇ ਪਿੰਡ ਤੀਗਾ, ਪਿੰਡ ਬਾਹਮਣ ਵਾਲਾ, ਉਦੋਂ ਬਾਅਦ ਹੁਣ ਜ਼ਿਲ੍ਹਾ ਬਣ ਗਿਆ ਫਤਿਹਾਬਾਦ, ਅਤੇ ਕਿੰਨੇ ਵੀ ਸਾਡੇ ਪਿੰਡੋਂ ਅਤੇ ਜਾ ਰਹੇ ਪਾਕਿਸਤਾਨ 'ਚ ਕਿੱਥੇ ਕਿੱਥੇ ਬੈਠੇ ਨੇ, ਅਸੀਂ ਤੁਹਾਨੂੰ ਫੋਨ ਨੰਬਰ ਦੇਵਾਂਗੇ, ਸਾਡੇ ਨਾਲ ਗੱਲਬਾਤ ਜ਼ਰੂਰ ਕਰੋ। ਜੰਤਰ ਹੋ ਗਏ ਇਹੋ ਜਿਹੇ ਕਿਹੜੇ ਮਿਲਾਉਣ ਲੱਗ ਪਏ ਚੀਜ਼ ਨੂੰ, ਪਹਿਲਾਂ ਨਹੀਂ ਤੀ ਚੱਲ ਕੁਛ ਹੈਗਾ ਭਾਈ ਬੈਠੇ ਦੀ ਚੁੱਪ ਕਰੇ, ਅਤੇ ਹੁਣ ਸਾਨੂੰ ਬੜਾ ਸਾਡਾ ਜੀ ਕਰਦਾ ਵੀ ਯਾਰ ਸਾਨੂੰ ਤਾਂ ਬਹੁਤ ਪਛਤਾਵਾ, ਤੁਸੀਂ ਉੱਠ ਕੇ ਗਏ ਹੋ, ਤੁਹਾਡੇ ਨਾਲ ਖਬਰ ਕਿਵੇਂ ਹੋਇਆ, ਸਾਡੇ ਨਹੀਂ ਮਨ ਐਂ ਲੱਗਦਾ ਵੀ ਯਾਰ ਬਹੁਤ ਇਹਨਾਂ ਨੂੰ ਡੋਗਰਾਂ ਪਾਸ, ਕਿਹੜਾ ਭਾਈ ਅੱਧਾ ਪਿੰਡ ਉਹਨਾਂ ਦਾ ਸੀਗਾ, ਡੋਗਰਾਂ ਪਾਸ ਕੋਈ ਵੀ ਡੋਗਰਾਂ ਪਾਸ ਦਾ ਬੰਦਾ ਹੋਵੇ ਸਾਡੇ ਨਾਲ ਗੱਲਬਾਤ ਕਰੇ, ਇਹ ਗੁੱਜਰ ਬਾਸ ਦਾ ਹੋਵੇ ਸਾਡੇ 'ਚ ਰਹਿੰਦੇ ਤੇ ਉਹ ਸਾਡੇ 'ਚ ਘਰ ਤੇ ਉਹਨਾਂ ਦੀ, ਉਹਨਾਂ ਦਾ ਕੋਈ ਵੀ ਹੋਵੇ, ਫਜ਼ਲਦੀਨ ਹੋਵੇ ਉਹਦੀ ਵੀ ਔਲਾਦ ਹੋਵੇ ਗਾਹਾਂ, ਤੇ ਉਹ ਸਾਡੇ ਦਾਦੀ ਕਹਿੰਦੇ ਦੀ ਵੀ ਭਾਈ ਫਜ਼ਲਾ ਹੁੰਦਾ ਉਰੇ ਗਾਉਂ ਸੁਣਦਾ ਐਂ ਬੋਲਦੇ, ਤੇ ਫਲਾਣਾ ਫਲਾਣੇ ਹੁੰਦੇ ਉਹ ਮਦਰਸਾ ਹੁੰਦਾ ਐਂ ਸਾਡੇ, ਕੋਈ ਬੰਦਾ ਹੋਵੇ ਉਹਨਾਂ ਦੇ ਪੋਤੇ ਹੋਣ ਉਹਨਾਂ ਦੇ ਮੁੰਡੇ ਹੋਣ ਉਹ ਸਾਡੇ ਨਾਲ ਗੱਲਬਾਤ। ਸਤਿ ਸ਼੍ਰੀ ਅਕਾਲ ਜੀ, ਮੈਂ ਬਲਵਿੰਦਰ ਧਾਲੀਵਾਲ। ਦੋਸਤੋ ਅੱਜ ਮੈਂ ਬੈਠਾਂਗਾ ਜੀ ਹਰਿਆਣੇ ਦੇ ਪੰਜਾਬ ਦੀ ਸਰਹੱਦ 'ਤੇ ਪਿੰਡ ਬਾਹਮਣਵਾਲ ਵਿਖੇ, ਜਿੱਥੇ ਮੇਰੇ ਬਹੁਤ ਹੀ ਸਤਿਕਾਰਯੋਗ ਬਾਈ ਦਰਸ਼ਨ ਸਿੰਘ ਜੀ ਨੇਗੇ, ਜਿਨ੍ਹਾਂ ਦਾ ਇੱਕ ਸੁਨੇਹਾ ਲੈ ਕੇ ਅਸੀਂ ਬੈਠੇ ਹਾਂਗੇ। ਉਹ ਸੁਨੇਹਾ ਕੀ ਹੈ, ਇਹਨਾਂ ਵੱਲੋਂ ਇੱਕ ਸੁਨੇਹਾ ਜਿਹੜੇ ਪਾਕਿਸਤਾਨ ਦੇ ਵਿੱਚ ਬੈਠੇ ਨੇਗੇ ਇਸ ਪਿੰਡ ਦੇ ਪਿੰਡ ਬਾਹਮਣਵਾਲ ਦੇ ਵਸਿੰਦੇ, ਇੱਥੋਂ ਜਿਹੜੇ ਵਿਛੜ ਗਏ ਸੀ 47 ਵੇਲੇ, ਉਹ ਪਾਕਿਸਤਾਨ ਦੇ ਵਿੱਚ ਬੈਠੇ ਨੇ। ਬਾਈ ਜੀ ਪਾਕਿਸਤਾਨ ਵਾਲਿਆਂ ਨੂੰ ਇੱਕ ਸੁਨੇਹਾ ਦੇਣਾ ਚਾਹੁੰਦੇ ਨੇ, ਉਹ ਆਪਾਂ ਕੀ ਸੁਨੇਹਾ ਉਹ ਬਾਈ ਜੀ ਨਾਲ ਗੱਲਬਾਤ ਕਰਾਂਗੇ ਬਾਈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਛਾ ਪਾਕਿਸਤਾਨ ਵਾਲੇ ਹੋ, ਰਾਜੀ ਖੁਸ਼ੀ ਹੋ ਮੇਰੀ ਮੇਰੀ ਇਹ ਬੇਨਤੀ ਹੱਥ ਬੰਨ ਕੇ, ਜ਼ਿਲ੍ਹਾ ਹਿਸਾਰ ਦੇ ਪਿੰਡ ਤੀਗਾ, ਪਿੰਡ ਬਾਹਮਣ ਵਾਲਾ, ਉਦੋਂ ਬਾਅਦ ਹੁਣ ਜ਼ਿਲ੍ਹਾ ਬਣ ਗਿਆ ਫਤਿਹਾਬਾਦ, ਅਤੇ ਕਿੰਨੇ ਵੀ ਸਾਡੇ ਪਿੰਡੋਂ ਅਤੇ ਜਾ ਰਹੇ ਪਾਕਿਸਤਾਨ 'ਚ ਕਿੱਥੇ ਕਿੱਥੇ ਬੈਠੇ ਨੇ, ਅਸੀਂ ਤੁਹਾਨੂੰ ਫੋਨ ਨੰਬਰ ਦੇਵਾਂਗੇ, ਸਾਡੇ ਨਾਲ ਗੱਲਬਾਤ ਜ਼ਰੂਰ ਕਰੋ। ਜੇ ਕਿਸੇ ਦਾ ਫੋ ਪੈਂਦਾ ਉਹ ਆਓ ਵੀ ਜ਼ਰੂਰ, ਅਤੇ ਸਭ ਆਇਆਂ ਨੂੰ ਸਾਰਾ ਚੀਜ਼ ਦਿਖਾਵਾਂਗੇ ਅਤੇ ਗੱਲਾਂ ਬਾਤਾਂ ਕਰਾਂਗੇ ਪੁਰਾਣੀਆਂ। ਅਤੇ ਸਾਰੇ 5-7 10 ਆਦਮੀ ਰਹਿ ਗਏ ਪਿੰਡ 'ਚ ਬੁੜੇ ਵਿਚਾਰੇ, ਉਹ ਕਿਸੇ ਨੂੰ ਸੁਰਤ ਨਹੀਂ, ਸਾਰੇ ਚੱਲ ਗਏ। ਅਤੇ ਥੋੜ੍ਹੀ ਬੇਨਤੀ ਹੱਥ ਬੰਨ ਕੇ ਪਾਕਿਸਤਾਨ ਵਾਲਿਆਂ ਨੂੰ ਵੀ ਕਿਹੜਾ ਸਾਡੇ ਪਿੰਡ ਦਾ ਬੰਦਾ ਕੋਈ ਕਿਤੇ ਵੀ ਬੈਠਾ ਹੈਗਾ, ਨੰਬਰ ਅਸੀਂ ਤੁਹਾਨੂੰ ਦੇਵਾਂਗੇ, ਅਤੇ ਸਾਡੇ ਨਾਲ ਛੇਤੀ ਤੋਂ ਛੇਤੀ ਗੱਲਬਾਤ ਕਰਨੀ ਹੈਗੀ। ਅਤੇ ਕਦੋਂ ਗੱਲਬਾਤ ਕਰੋਗੇ, ਫਿਰ ਆਪਾਂ ਗਾਹਾਂ ਗੱਲ ਵਧਾਵਾਂਗੇ, ਫਿਰ ਇੱਕ ਦੂਜੇ ਦਾ ਪਤਾ ਲੱਗੂਗਾ ਵੀ ਆਪਾਂ ਕੀ ਲੱਗਦੇ ਨੇ, ਸਾਡੇ ਤਾਏ ਵੀ ਤੀ ਇੱਥੇ, ਚਾਚੇ ਵੀ ਤੀ, ਭਾਈ ਵੀ ਤੀ, ਤਾਤੀਆਂ ਚਾਈਆਂ ਵੀ ਤੀਆਂ, ਅਤੇ ਕੋਈ ਐਡੀ ਉਹ ਨਹੀਂ ਗੀ ਹੁਣ ਇਹਨਾਂ ਨੇ ਜੰਤਰ ਹੋ ਗਏ ਇਹੋ ਜਿਹੇ ਕਿਹੜੇ ਮਿਲਾਉਣ ਲੱਗ ਪਏ ਚੀਜ਼ ਨੂੰ, ਪਹਿਲਾਂ ਨਹੀਂ ਤੀ ਚੱਲ ਕੁਛ ਹੈਗਾ ਭਾਈ ਬੈਠੇ ਦੀ ਚੁੱਪ ਕਰੇ, ਅਤੇ ਹੁਣ ਸਾਨੂੰ ਬੜਾ ਸਾਡਾ ਜੀ ਕਰਦਾ ਵੀ ਯਾਰ ਸਾਨੂੰ ਤਾਂ ਬਹੁਤ ਪਛਤਾਵਾ, ਤੁਸੀਂ ਉੱਠ ਕੇ ਗਏ ਹੋ, ਤੁਹਾਡੇ ਨਾਲ ਖਬਰ ਕਿਵੇਂ ਹੋਇਆ, ਸਾਡੇ ਨਹੀਂ ਮਨ ਐਂ ਲੱਗਦਾ ਵੀ ਯਾਰ ਬਹੁਤ ਇਹਨਾਂ ਨੂੰ ਔਖੇ ਹੋਏ। ਅੱਛਾ ਦਰਸ਼ਨ ਵੀਰੇ, ਇਹ ਤੁਹਾਨੂੰ ਕਿਸੇ ਦਾ ਕਦੇ ਹੁਣ ਜਾਂ ਕਦੇ ਕਦੇ ਪਾਕਿਸਤਾਨ 'ਚੋਂ ਫੋਨ ਆਇਆ, ਉਹ ਕਿਹੜੀ ਜਗ੍ਹਾ ਤੋਂ ਆਇਆ ਸੀਗਾ, ਕਿਤੇ ਤੁਹਾਡੇ ਨਾਲ ਗੱਲਬਾਤ ਕਰੀਏ? ਭਾਈ ਨਾ ਕੋਈ ਪੱਤਰਕਾਰ ਹੈ ਸਾਡੇ ਪਿੰਡ ਦਾ, ਅਤੇ ਉਹ ਪੱਤਰਕਾਰ ਹੈ ਵੱਡਾ, ਉਹਦਾ ਆਇਆ ਸੀਗਾ ਫੋਨ, ਅਤੇ ਉਹਦਾ ਅਸੀਂ ਕਹਿੰਦੇ ਵੀ ਯਾਰ ਜੇ ਉਹ ਕਿਵੇਂ ਨਾ ਕਿਵੇਂ ਆ ਸਕਦੇ, ਸਾਨੂੰ ਦੱਸੇ, ਸਾਨੂੰ ਲਾਜ ਦੱਸੇ ਵੀ ਅਸੀਂ ਕਿਹਦੇ ਕੋਲੇ ਜਾਈਏ, ਉਰੇ ਮੰਗ ਕਰੀਏ, ਕਿਹੜੀ ਸਰਕਾਰ ਕੋਲੇ ਜਾਈਏ, ਕਿੱਥੇ ਜਾਈਏ ਵੀ ਉਹ ਸਾਡੇ ਆ ਕੇ ਸਾਨੂੰ ਮਿਲ ਜਾਣ, ਸਾਡਾ ਮਿਲਣ ਵਾਸਤੇ ਬੜੀ ਸਾਨੂੰ ਲੋਕਾਂ ਨੂੰ ਚਾਹਣਾ ਹੈਗੀ। ਜੇਕਰ ਕੋਈ ਪਾਕਿਸਤਾਨ ਨਾਲ ਸੰਬੰਧਿਤ ਕੋਈ ਸਾਡਾ ਭਰਾ ਇਸ ਵੀਡੀਓ ਨੂੰ ਦੇਖ ਰਿਹਾ ਹੈਗਾ, ਇਹ ਜਿਹੜੀ ਵੀਡੀਓ ਹੈ ਇਹ ਬਾਈ ਜਿਹੜੇ ਬੇਨਤੀ ਕਰ ਰਹੇ ਨੇ ਮਿਲਣ ਦੇ, ਇਹ ਪਿੰਡ ਬਾਹਮਣਵਾਲ ਹੈਗਾ ਜਿਹੜਾ ਪੰਜਾਬ ਅਤੇ ਹਰਿਆਣੇ ਦੀ ਸਰਹੱਦ ਦੇ ਉੱਤੇ ਪੈਂਦਾ ਹੈਗਾ। ਪਿੰਡ ਬਾਹਮਣਵਾਲ ਪਹਿਲਾ ਪਿੰਡ ਹੈ, ਹਰ ਪੰਜਾਬ ਖਤਮ ਹੋ ਜਾਂਦਾ, ਹਰਿਆਣਾ ਸ਼ੁਰੂ ਹੋ ਜਾਂਦਾ, ਹੁਣ ਫਤਿਹਾਬਾਦ ਜ਼ਿਲ੍ਹੇ 'ਚ ਹੈ, ਹੁਣ ਫਤਿਹਾਬਾਦ ਜ਼ਿਲ੍ਹੇ ਦੇ ਵਿੱਚ ਹੈਗਾ ਵੀ। ਜੇਕਰ ਕੋਈ ਵੀ ਵੀਰ ਪਾਕਿਸਤਾਨ ਦੇ ਵਿੱਚ ਇਸ ਪਿੰਡ ਦਾ ਵਸਿੰਦਾ ਹੈਗਾ, ਅਤੇ ਬਾਈ ਜੀ ਦਾ ਨੰਬਰ ਹੈ ਜਿਹੜਾ ਸਾਡੀ ਟੀ ਵੀ ਸਕਰੀਨ ਦੇ ਉੱਤੇ ਚੱਲੂਗਾ, ਉਹਦੇ ਤੋਂ ਬਾਈ ਜੀ ਨਾਲ ਗੱਲ ਕਰ ਸਕਦੇ ਨੇਗੇ। ਅਤੇ ਦੂਜਾ ਨੰਬਰ
ਜੇਕਰ ਕੋਈ ਪੰਜਾਬ 'ਚ ਇਸ ਪਿੰਡ 'ਚ ਆਪਦਾ ਪਿੰਡ ਆਪਦਾ ਜੱਦੀ ਘਰ ਆਪਦੇ ਕੋਈ ਜਾਇਦਾਦ ਆਪਦਾ ਕੋਈ ਜਾਣ ਪਛਾਣ ਵਾਲੇ ਨੂੰ ਮਿਲਣਾ ਚਾਹੁੰਦਾ ਤਾਂ ਬਾਈ ਜੀ ਉਹਨਾਂ ਨੂੰ ਵੈਲਕਮ ਕਰਦੇ ਨੇ, ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਨੇ ਵੀ ਜਦੋਂ ਮਰਜ਼ੀ ਉਹ ਇਸ ਪਿੰਡ ਦੇ ਵਿੱਚ ਆਉਣ ਤੇ ਉਹਨਾਂ ਦਾ ਦਿਲ ਖੋਲ ਕੇ ਉਹਨਾਂ ਦਾ ਸਵਾਗਤ ਕੀਤਾ ਜਾਊਗਾ। ਠੀਕ ਹੈ ਭਾਈ ਜੀ। ਡੋਗਰਾਂ ਪਾਸ ਕਿਹੜਾ ਬਾਈ, ਅੱਧਾ ਪਿੰਡ ਉਹਨਾਂ ਦਾ ਸੀਗਾ। ਅੱਛਾ, ਡੋਗਰਾਂ ਪਾਸ ਕੋਈ ਵੀ ਡੋਗਰਾਂ ਪਾਸ ਦਾ ਬੰਦਾ ਹੋਵੇ ਸਾਡੇ ਨਾਲ ਗੱਲਬਾਤ ਕਰੇ, ਇਹ ਗੁੱਜਰ ਵਾਸ ਦਾ ਹੋਵੇ ਸਾਡੇ 'ਚ ਰਹਿੰਦੀ ਤੇ ਉਹ ਸਾਡੇ 'ਚ ਘਰ ਤੇ ਉਹਨਾਂ ਦੀ, ਉਹਨਾਂ ਦਾ ਕੋਈ ਵੀ ਹੋਵੇ, ਫਜ਼ਲਦੀਨ ਹੋਵੇ ਉਹਦੀ ਵੀ ਔਲਾਦ ਹੋਵੇ ਗਾਹਾਂ, ਤੇ ਉਹ ਸਾਡੇ ਦਾਦੀ ਕਹਿੰਦੀ ਦੀ ਵੀ ਭਾਈ ਫਜ਼ਲਾ ਹੁੰਦਾ ਉਰੇ ਗਾਉਂ ਸੁਣਦਾ ਐਂ ਬੋਲਦੇ, ਤੇ ਫਲਾਣਾ ਫਲਾਣੇ ਹੁੰਦੇ ਉਹ ਮਦਰਸਾ ਹੁੰਦਾ ਐਂ ਸਾਡੇ, ਕੋਈ ਬੰਦਾ ਹੋਵੇ ਉਹਨਾਂ ਦੇ ਪੋਤੇ ਹੋਣ ਉਹਨਾਂ ਦੇ ਮੁੰਡੇ ਹੋਣ ਉਹ ਸਾਡੇ ਨਾਲ ਗੱਲਬਾਤ ਜ਼ਰੂਰ ਕਰਨ। ਦਰਸ਼ਨ ਜੀ ਇੱਕ ਵਾਰੀ ਤੁਹਾਡਾ ਨੰਬਰ ਜ਼ਰੂਰ ਬੋਲ ਦਿਓ। ਮੇਰਾ ਜੀ 97-291-45-424। ਇੱਕ ਵਾਰੀ ਹੋਰ ਬੋਲਦੇ ਜੀ 97-291-45-424। ਬਾਈ ਜੀ ਨੇ ਨੰਬਰ ਬੋਲ ਵੀ ਦਿੱਤਾ ਹੈਗਾ ਅਤੇ ਸਾਡੀ ਟੀ ਵੀ ਸਕਰੀਨ ਦੇ ਉੱਤੇ ਵੀ ਬਾਈ ਜੀ ਦਾ ਨੰਬਰ ਚੱਲੂਗਾ। ਕੋਈ ਵੀ ਪਾਕਿਸਤਾਨ ਦਾ ਵੀਰ ਇਸ ਪਿੰਡ ਦਾ ਵਸਿੰਦਾ ਆਪਦੇ ਇਸ ਪਿੰਡ ਨੂੰ ਦੇਖਣਾ ਚਾਹੁੰਦਾ ਹੋਵੇ, ਆਪਦੇ ਦਾਦਿਆਂ ਪੋਤਿਆਂ ਵਾਲਾ ਆਪਾਂ ਕਹਿ ਲਈਏ ਵੀ ਆਪਦਾ ਕੋਈ ਪੋਤਾ ਕੋਈ ਮੁੰਡਾ ਹੈਗਾ ਆਪਦੇ ਬਜ਼ੁਰਗਾਂ ਦੀ ਕੋਈ ਇਸ ਜਨਮ ਭੂਮੀ ਨੂੰ ਦੇਖਣਾ ਚਾਹੁੰਦਾ ਹੋਵੇ ਤਾਂ ਬਾਈ ਜੀ ਨਾਲ ਸੰਪਰਕ ਕਰਕੇ ਇਸ ਪਿੰਡ ਦੇ ਵਿੱਚ ਆ ਸਕਦੇ ਨੇ। ਬਾਈ ਜੀ ਉਹਨਾਂ ਦਾ ਸਵਾਗਤ ਕਰਦੇ ਨੇ ਇਸ ਗੱਲ ਦੇ ਉੱਤੇ। ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ।